आप देख लो कम इस इतने जिते गटका पै रहा ही, पहले दिन मैं इतने आया मैं ही तुम्हें 8-1-16 का रूल है ही गटका पैंदा, उन्होंने नहीं पाया। बस इस काम की जांच होनी चाहिए जी, इन्हों की पेमेंट रोकी जाए, जो इन्होंने किन्ना दे काम माड़ा किया उस दे इन्हों पेमेंट नहीं मिलनी चाहिए। ਸਾਨੂੰ ਮੇਰੇ ਹਿਸਾਬ ਨਾਲ 2 ਮਹੀਨੇ ਹੋ ਗਏ। ਪਿੱਟੂ ਪ੍ਰਧਾਨ ਜੀ ਕੋਲੇ 2 ਵਾਰ ਸੀ ਜਾਇਆ ਏ, ਮੱਕੜ ਸਾਹਿਬ ਨੂੰ ਫੋਨ ਲਾਉਂਦੇ ਆ ਤੇ ਮੱਕੜ ਸਾਹਿਬ ਕਹਿੰਦੇ ਕੱਲ ਨੂੰ ਦੱਸਦੇ ਆ ਜੀ ਤੁਹਾਨੂੰ। ਇੱਥੇ ਮਨੀ ਦਾ ਕੰਮ ਆ, ਇੱਥੇ 2 ਨੰਬਰ ਇੱਟ ਹੈ, ਸਾਰਾ ਕੁਛ ਹੀ 2 ਨੰਬਰ ਦਾ ਜੀ, ਸੀਮੈਂਟ ਦਾ ਵਰਤਿਆ ਹੀ ਨਹੀਂ ਜੀ ਇਹਨਾਂ ਨੇ ਇੱਥੇ। ਅਸੀਂ ਭੱਟੀ ਸਾਹਿਬ ਨੂੰ ਵੀ ਬੇਨਤੀ ਕਰਾਂਗੇ, ਪ੍ਰਧਾਨ ਜੀ ਨੂੰ ਵੀ ਬੇਨਤੀ ਕਰਾਂਗੇ, ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤੇ ਠੇਕੇਦਾਰ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜੀ ਸੀਮੈਂਟ ਲਾਉਣਾ ਸੀ ਨਾ ਆਪਾਂ ਦੁਕਾਨ ਤੋਂ ਲਿਆ ਕੇ ਵਧੀਆ ਲਾਉਣੇ ਆ, ਇਹਨਾਂ ਨਹਿਰ ਦੀ ਮਿੱਟੀ ਲਾਈ ਆ। ਮਲੋਟ ਨਗਰ ਕੌਂਸਲ ਵੱਲੋਂ 16 ਕਰੋੜ ਰੁਪਏ ਦੀ ਲਾਗਤ ਦੇ ਨਾਲ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਵਿੱਚ ਇੰਟਰਲੋਕ ਟਾਈਲਾਂ ਨਾਲ ਸੜਕਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਅਤੇ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹੈ, ਪਰ ਕੰਮ ਕਰਵਾ ਰਹੇ ਸੰਬੰਧਿਤ ਠੇਕੇਦਾਰਾਂ ਦੁਆਰਾ ਸੜਕਾਂ ਦੇ ਨਿਰਮਾਣ ਮੌਕੇ ਵਰਤੀਆਂ ਜਾ ਰਹੀਆਂ ਊਣਤਾਈਆਂ ਕਾਰਨ ਸ਼ਹਿਰ ਦੇ ਇਹ ਵਿਕਾਸ ਕਾਰਜ ਸਵਾਲਾਂ ਦੇ ਘੇਰੇ ਵਿੱਚ ਆ ਗਏ ਹੈ। ਮੇਰਾ ਨਾਂ ਅਸ਼ੋਕ ਹੈ ਜੀ, ਮੈਂ ਵਾਰਡ ਨੰਬਰ 11 ਦਾ ਵਾਸੀ ਹਾਂ। ਇੱਥੇ ਗਲੀ ਬਣਨ ਸ਼ੁਰੂ ਹੋਈ ਹੈ ਸਾਡੀ, ਇਹਨਾਂ ਨੇ 16-8-1 ਦਾ ਗਟਕਾ ਪਾਉਣਾ ਸੀ ਜੋ ਸਰਕਾਰੀ ਕੰਮ ਹੈ। ਇੱਕ ਮਿਕਸਚਰ 'ਚ ਅੱਧਾ ਬੱਠਲ ਪਾਉਣਾ ਬੱਠਲ ਪਾਉਂਦੇ ਸੀ, 2 ਫਰੀ ਪਾ ਦਿੰਦੇ ਸੀ। ਆਹ ਤੁਸੀਂ ਵੇਖ ਲਓ ਕਿਤੋਂ ਉੱਚੀ ਪਈ ਹੈ ਕਿਤੋਂ ਨਵੀਂ ਪਈ, ਹਾਲੇ ਇੱਕ ਮਹੀਨਾ ਹੋਇਆ, ਹਾਲੇ ਤੱਕ ਇਹਨਾਂ ਨੇ ਜਿਹੜੀ ਲੋਕਿੰਗ ਕਰਨੀ ਸੀ ਉਹ ਨਹੀਂ ਹੋਈ। ਕੀ ਮੰਗ ਕਰ ਰਹੇ ਹੋ? ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਸਾਡੀ ਗਲੀ ਸਹੀ ਬਣਾਈ ਜਾਵੇ, ਬਣੀ ਸੀ, ਬਣਾਉਣੀ ਚਾਹੀਦੀ ਸੀ ਇਹਨੂੰ। ਠੇਕੇਦਾਰ ਦੀ ਪੇਮੈਂਟ, ਠੇਕੇਦਾਰ ਦੀ ਪੇਮੈਂਟ ਰੋਕੀ ਜਾਵੇ, ਇਹਨੇ ਉੱਚੀ ਨੀਵੀਂ ਗਲੀ ਹੈ ਸਹੀ ਕਰਾਈ ਜਾਵੇ, ਚੈਂਬਰ ਅਸੀਂ ਕਹਿ ਕੇ ਪਲਸਤਰ ਕਰਾਏ, ਕਈ ਗਲੀਆਂ ਦੇ ਚੈਂਬਰ ਪਲਸਤਰ ਨਹੀਂ ਕਰਾਏ, ਮਿੱਟੀ ਦੇ ਵਿੱਚ ਭਰੇ ਪਏ ਆ। ਆਹ ਸਾਰੇ ਪਲਸਤਰ ਹੋਏ ਆ, ਇੱਥੇ ਰਹਿੰਦੇ ਹੋਣੇ 2 ਪਿੱਛੇ ਇੱਧਰ ਦੀਆਂ ਗਲੀਆਂ, ਟੇਢੀਆਂ ਗਲੀਆਂ ਦੇ ਵਿੱਚ ਇੱਕ ਗਲੀ ਬਣਾਈ ਆ, 2 ਗਲੀਆਂ ਇਹਨਾਂ ਨੇ ਰੋਕ ਦਿੱਤੀਆਂ ਵੀ ਪੈਪ ਲੈਣਾ ਨਹੀਂ। ਅਸੀਂ ਬਿੱਟੂ ਕੋਲੇ 2 ਵਾਰੀ ਅਰਜ਼ ਕੀਤੀ ਹੈ ਪ੍ਰਧਾਨ ਕੋਲੇ, ਨਾ ਤਾਂ ਪ੍ਰਧਾਨ ਜੀ ਨੇ ਕੋਈ ਹਾਲੇ ਤੱਕ ਹੱਲ ਹੋਇਆ। ਮੱਕੜ ਸਾਹਿਬ ਨੂੰ ਪੁੱਛਦੇ ਆ, ਮੱਕੜ ਸਾਹਿਬ ਕਹਿੰਦੇ ਕੱਲ੍ਹ ਨੂੰ ਗੱਲ ਦੱਸਾਂਗੇ ਜੀ ਤੁਹਾਨੂੰ ਪੈਪਾਂ ਆ ਰਹੀਆਂ ਕਿ ਨਹੀਂ ਆ ਰਹੀਆਂ। ਇਹ ਗਰੀਬ ਮਹੱਲਾ ਹੈ, ਦਿਹਾੜੀ ਧੱਪੇ ਵਾਲੇ ਬੰਦੇ ਆ, ਇਹਨਾਂ ਨੇ ਮਿੱਥ ਕੇ ਮਾਲ ਨਹੀਂ ਪਾਇਆ ਵੀ ਇੱਥੇ ਤਾਂ ਅਨਪੜ੍ਹ ਬੰਦੇ, ਇਹਨਾਂ ਨੂੰ ਕੀ ਪਤਾ ਕਿੰਨਾ ਮਾਲ ਪਾਉਣਾ, ਕਿਵੇਂ ਗਲੀ ਬਣਾਉਣੀ ਹੈ। ਇੱਕ ਦਿਹਾੜੀਏ ਲੱਗੇ ਸੀ ਨਾ ਜਿਹੜੇ ਇੱਥੇ ਸਾਡੇ ਮੁਹੱਲੇ ਦੇ, ਉਹਨਾਂ ਬੰਦਿਆਂ ਤੋਂ ਟਾਈਲਾਂ ਚਲਵਾਈਆਂ ਇੰਟਰਲੋਕ ਟਾਇਲ। ਇਹ ਤੁਸੀਂ ਦੱਸੋ ਵੀ ਮਿਸਤਰੀ ਨਹੀਂ ਜੋ ਹੁੰਦਾ, 2 ਇੰਚੀ ਜਿਹੜਾ ਆਪਾਂ ਘੱਗਰ ਪਾਉਣਾ ਕੋਈ ਇੰਚੀ ਪਾਇਆ, ਬਸ ਇੰਨੀ ਕਿ ਸ਼ਮਾ ਯਾਚਨਾ ਮੰਗਦਾ ਜੀ ਕਿਸੇ ਨੂੰ ਗਲਤ ਬੋਲਿਆ ਨਹੀਂ। ਘੱਗਰ ਹੈਗਾ, ਇਹ ਨਹੀਂ ਕਹਿੰਦੇ ਅਸੀਂ ਹੈ ਨਹੀਂ ਹੈਗਾ, ਘੱਗਰ ਪਾਇਆ ਜਿੱਥੇ 2 ਇੰਚੀ ਪੈਂਦਾ ਉੱਥੇ ਇੰਚੀ ਵੀ ਮਸਾ ਨਿਕਲੂਗਾ ਟਾਈਲਾਂ ਥੋਂ। ਕਿਸੇ ਬੂਹੇ ਦੇ ਅੱਗੇ ਪਾਣੀ ਖੜਦਾ, ਕਿਸੇ ਚੈਂਬਰ 'ਚ ਪਾਣੀ ਪੈਂਦਾ ਨਹੀਂ, ਐਂ ਟਾਈਲਾਂ ਉੱਚੀਆਂ ਲੱਗੀਆਂ ਪਈਆਂ, ਉਹ ਠੇਕੇਦਾਰ ਨੂੰ ਵੀ ਦਿਸਦਾ ਅਤੇ ਮਨੀਮ ਸਾਹਿਬ ਨੂੰ ਵੀ ਦਿਸਦਾ। ਸਾਡੀ ਕੋਈ ਦੁਸ਼ਮਣੀ ਨਹੀਂ ਹੈਗੀ ਉਹਨਾਂ ਨਾਲ, ਸਾਡਾ ਕੰਮ 1 ਨੰਬਰ ਦਾ ਕਰ ਦੇਣ, ਆਪਦੀ ਪੇਮੈਂਟ ਲੈ ਲੈਣ। ਅਸੀਂ ਤਾਂ ਸਰਕਾਰ ਨੂੰ ਇਹ ਅਰਜ਼ ਕਰਾਂਗੇ ਵੀ ਇਹਨਾਂ ਦੀ ਪੇਮੈਂਟ ਰੋਕੀ ਜਾਵੇ ਇਸ ਗਲੀਆਂ ਦੀ। ਜਿਹੜੀ ਸੀਮੈਂਟ ਲਾਉਣਾ ਸੀ ਨਾ ਆਪਾਂ ਦੁਕਾਨ ਤੋਂ ਲਿਆ ਕੇ ਵਧੀਆ ਲਾਉਂਦੇ ਹਾਂ, ਇਹਨਾਂ ਨਹਿਰ ਦੀ ਮਿੱਟੀ ਲਾਈ ਆ। ਇਹ ਤੁਸੀਂ ਦੱਸ ਦਿਓ ਵੀ ਇਹ ਕੀ ਇਨਸਾਫ ਹੋ ਸਕਦਾ? ਅਸੀਂ ਤਾਂ ਸਰਕਾਰ ਤੋਂ ਇਨਸਾਫ ਮੰਗਦੇ ਹਾਂ, ਗਰੀਬ ਮਹੱਲਿਆ 40 ਸਾਲਾਂ ਬਾਅਦ ਇਹ ਗਲੀ ਬਣੀ ਹੈ ਜੀ, ਇਹ 40 ਸਾਲ ਹੋ ਗਏ ਮਹੱਲਾ ਵਸੇ ਨੂੰ। ਕਈ ਵਾਰੀ ਬਾਦਲ ਸਾਹਿਬ ਰਾਜ ਕਰ ਗਿਆ, ਕਈ ਵਾਰੀ ਕਾਂਗਰਸ ਆਈ, ਇਸ ਮੁਹੱਲੇ ਦੀ ਪਤਾ ਨਹੀਂ ਕਿਵੇਂ 40 ਸਾਲਾਂ ਬਾਅਦ ਰੂੜੀ ਦੀ ਜਿਵੇਂ ਸੁਣੀ ਦੀ ਆ ਉਸ ਤਰ੍ਹਾਂ ਸੁਣੀ ਆ, ਅਤੇ ਅੱਜ ਇੱਥੇ ਮਸਾਲਾ ਸਹੀ ਨਹੀਂ ਪੈ ਰਿਹਾ। ਸਾਰੇ ਆਪਾਂ ਵਾਰਡ ਨੰਬਰ 11 ਵਿੱਚ ਗਲੀ ਨੰਬਰ 1 ਵਿੱਚ ਖੜ੍ਹੇ ਹਾਂ, ਸਾਹਮਣੇ ਗਲੀ ਹੈ ਜੀ, ਇਹ ਜਿਹੜੀ ਗਲੀ ਬਣੀ ਹੈ ਇਹਦੇ ਵਿੱਚ ਸੀਮੈਂਟ ਤਾਂ ਇਹਨਾਂ ਨੇ ਵਰਤਿਆ ਹੀ ਨਹੀਂ ਜੀ, ਜਿਹੜਾ ਥੱਲੇ ਇਹਨਾਂ ਨੇ ਰੇੜਕਾ ਜਿਹਾ ਪਾਇਆ ਅਤੇ ਜਿਹੜਾ ਰੇਤਾ ਪਾਇਆ ਉਹ ਸਾਰਾ ਨਾ ਰੇਤਾ ਮਿੱਟੀ ਵਾਲਾ ਦਿੱਤਾ ਸੀ, ਮਿੱਟੀ ਮਿਕਸ ਸੀ ਉਹਦੇ ਵਿੱਚ, ਨਹਿਰ ਦਾ ਸੀਗਾ ਅਤੇ ਵਿੱਚ ਮਿੱਟੀ ਮਿਕਸ ਸੀ। ਰੇਤਾ ਤਾਂ 5 ਪੈਸੇ ਸੀਗਾ ਅਤੇ 95 ਪੈਸੇ ਮਿੱਟੀ ਸੀਗੀ। ਜਿਹੜੀ ਟਾਈਲ ਲਾਈ ਇਹਨਾਂ ਨੇ ਟਾਈਲ ਵੀ ਗਿੱਲੀ ਸੀ, ਕਈ ਜਗ੍ਹਾ ਤੋਂ ਗਲੀ ਬਹਿ ਵੀ ਗਈ ਹੈ ਜੀ, ਉਹ ਅੱਗੇ ਨਾ ਤਾਜ਼ੀ ਟਾਇਲ ਹੋਣ ਕਰਕੇ ਗਲੀ ਜਿਹੜੀ ਸੀ ਉਹ ਬੈਠ ਗਈ ਹੈ। ਅਤੇ ਜਿਹੜੀ ਇੱਟ ਲਾਈ ਹੈ ਇਹਨਾਂ ਨੇ ਜੀ, ਇੱਟ ਵੀ 2 ਨੰਬਰ ਦੀ ਲਾਈ ਹੈ, ਉਹ ਸਾਹਮਣੇ ਨੀਆਂ ਭਰੀਆਂ ਜੀ, ਉੱਪਰੋਂ ਲਹਿ ਵੀ ਗਈਆਂ ਸਾਰੀਆਂ। ਆਹ ਜਿਹੜਾ ਬਠਿੰਡੇ ਵਾਲਾ ਠੇਕੇਦਾਰ ਆ ਮਣੀ, ਇਹਦਾ ਜਿੰਨੀਆਂ ਵੀ ਇਹਨੇ ਗਲੀਆਂ ਬਣਾਈਆਂ ਨਾ ਹੋਰ ਵੀ ਸਾਰੀਆਂ 'ਚ ਮਟੀਰੀਅਲ ਲਾਇਆ ਮਾੜਾ। ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਇਹਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ, ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ, ਅਤੇ ਜਿਹੜੀ ਇਹਦੀ ਪੇਮੈਂਟ ਆ ਉਹ ਰੋਕੀ ਜਾਣੀ ਚਾਹੀਦੀ ਹੈ। ਜੇਈ ਸਾਹਿਬ ਆਉਂਦੇ ਆ ਜੀ, ਬਲਕਾਰ ਸਿੰਘ ਜੀ, ਇਹ ਸਰ ਈਓ ਸਾਹਿਬ ਦੇ ਧਿਆਨ 'ਚ ਲਿਆਂਦਾ ਸੀ ਮਾਮਲਾ, ਈਓ ਸਾਹਿਬ ਕਹਿੰਦੇ ਕੋਈ ਨਹੀਂ ਕਰਦੇ ਹਾਂ, ਪ੍ਰਧਾਨ ਜੀ ਦੇ ਵੀ ਧਿਆਨ 'ਚ ਲਿਆਂਦਾ ਸੀ ਮਸਲਾ,
वो कहते भी आप जो अगला ठेका से ना किसी ठेकेदार को होर दे देंगे भी ये तो बंदा ही माड़ा कहें ईओ साहब ने कहा कहें भी अगला ठेका आप किसी होर दे देंगे अभी कहीं पुराने का की करा जे साडे प्रधान जी अशुभ बिट्टू जी उन्होंने उन्होंने मणि नूं फोन भी बहुत किए वो पता फोन भी नहीं चकता गा पहला तो मसा गली मसा चलाई जी छे महीने च बड़ा जोर ला के काम चालू कराया जी अमन जी नूं बुलाया दस हरी अमन जी कोले गए टोटल जी इत्थे मटीरियल लगिया जी सारा घटिया टाइल भी घटिया लगी है लॉगिंग टाइल सीमेंट तो इन्होंने पाया ही नहीं देसी टाइल लगी इट लगी है दो नंबर की जी ते असी चाहुंदे आ कि इहदी विजिलेंस तो जाँच होनी चाहिए है उच्च पद्धरी जाँच होनी चाहिए है तो ठेकेदार जिहड़ी पेमेंट है वो प्रधान जी को बेनती करते हैं बिट्टू जी ने यदि पेमेंट रोकी जाए सर हैगा जी है जी पोलिटिकल लीडर का भी हथ है उन्होंने कहने से सारा कुछ हो जाता जी कई तो गलियां रोकी बैठे सी जी उम्मीद हैगी है भी तुहाडी जिहड़ी कंप्लेंट है उहदे ते विजिलेंस जांच करूगी जां निरपक्ष जांच हो सकती है जे पोलिटिकली दबाव असी जनाब पट्टी साहब नूं भी बेनती करांगे ਉਹ ਸਾਡੇ ਇੱਥੋਂ ਦੇ ਐਮ ਐਲ ਏ ਸਾਹਿਬ ਵੀ ਹੈ ਡਿਪਟੀ ਸਪੀਕਰ ਵੀ ਹੈ ਉਹਨਾਂ ਨੂੰ ਵੀ ਕਹਾਂਗੇ ਇਹਨਾਂ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਠੇਕੇਦਾਰ ਨੂੰ ਠੇਕਾ ਦਿੱਤਾ ਪੂਰਾ ਫੁੱਲ ਰੇਟ 'ਤੇ ਟੈਂਡਰ ਹੋਇਆ ਜੀ ਇਹਦਾ ਜੋ ਫੁੱਲ ਰੇਟ 'ਤੇ ਟੈਂਡਰ ਹੋਇਆ ਜਿਹੜਾ ਉੱਥੋਂ ਰੇਟ ਮਿਲਿਆ ਇੱਟ ਦਾ ਇੱਕ ਨੰਬਰ ਦਾ ਉਹ ਇੱਟ ਲੱਗਣੀ ਚਾਹੀਦੀ ਹੈ ਅਸੀਂ 11 ਵਾਰਡ ਦੇ ਮੌਜੂਦਾ ਐਮ ਸੀ ਹਾਂ ਮੇਰੀ ਵਾਈਫ ਇਸ ਮਹੱਲੇ ਤੋਂ ਇਲੈਕਸ਼ਨ ਲੜ ਚੁੱਕੀ ਹੈ ਸਾਨੂੰ ਲੋਕਾਂ ਦੇ ਚੁਣੇ ਹੋਏ ਸੀ ਨੁਮਾਇੰਦੇ ਹਾਂ देखो मौजूदा एम सी असी इन्हों कह सकते जी आह काम माड़ा हो रहा ठीक है जी इन्होंने कहने के बावजूद भी साड़ी नहीं मनी प्रधान जी ने भी मैं बेनती की प्रधान जी ने भी इन्हों कहा भी काम माड़ा नहीं होना चाहिए वार्ड के प्रधान जी भी इन्होंने कोई गल नहीं सुनी जे ई साहब ने भी इतने आए उन्होंने भी कहा भी जो कि जिमें एम सी साहब कहें उन्होंने करो देख लो कम इस इतने जिते गटका पै रहा ही पहले दिन मैं इतने आया मैं जी तुम 8-16 का रूल है जी गटका पैंता उन्होंने नहीं पाया उस तो बाद सीमा आ गई इतने सीमा कहती भी कौन काम बंद है मैं उन्होंने कहा कम बंद करा दूंगा मैं वो कहें सीमा कहती भी कम कौन बंद करे मैं करा रहा कहते भी क्यों करा रहा मैं दस आह देखो जी कम हो रहा सामने उन्होंने मैं दिखाया 8-16 का गटका पैना चाहिए इन्होंने नहीं पाया फिर उस तो बाद कहते जी तुम बन दो मैं भी चलो ठीक है उस तो बाद इन्होंने बनवा दी उतों तक ही किसी इन्होंने सीमेंट नहीं लपाया वो तुर तक ही जे इत्थे 50 थैले सीमेंट दे लगने उत्थे इन्होंने 20 भी नहीं लाए फिर मैं ये चाहना जी गरीब वार्ड है गरीब वार्ड दे विच वधिया काम होवे उन्हां च इन्हां दी भी शाबाशी है साडी भी शाबाशी इन्होंने पर कोई साडी कोई गल नहीं सुनी जदों मौजूदा प्रधान है नगर कौंसल दे शुभ देव बिट्टू जी उन्हां दी नहीं सुनवाई की तो साडी की करनी इन्होंने उन्होंने भी कहा इन्हां नूं भी तुसीं भाई काम हुण ये मंग है जी भी इत्थे जे गांह भी अगे भी तुसीं कल कंध लगी वेखो उत्थे दूजे ठेकेदार दा उन्हां नां की है सुखबीर सिंह उन्हां दा काम भी चल रहा ते इन्हां दा काम भी करिया वेख लो बस इस काम की जाँच होनी चाहिए जी तो इन्हां दी पेमेंट रोकी जाए जो इन्होंने किन्हां दे काम माड़ा किया उस दी इन्हां नूं पेमेंट नहीं मिलनी चाहिए जी एक जिहड़े साइन कराए ना चलो मनी सिंगला जो इतना ठेकेदार किसी का फोन नहीं सही चकदा फिर प्रधान जी ने बिठा के भी कहा भी ਤੁਸੀਂ ਭਾਈ ਕੰਮ ਉੱਥੇ ਸਹੀ ਨਹੀਂ ਕਰ ਰਹੇ ਪ੍ਰਧਾਨ ਜੀ ਨੂੰ ਮੈਂ ਫੋਟੋਆਂ ਹੀ ਪਾਈਆਂ ਬਿਲਕੁਲ ਮਿੱਟੀ ਰੇਤਾ ਸੀ ਜੀ ਹੁਣ ਤੁਸੀਂ ਉੱਥੇ ਕੰਮ ਚੱਲੀ ਜਾਂਦਾ ਨਵਾਂ ਠੇਕੇਦਾਰ ਲੱਗਿਆ ਉਹਦਾ ਕੰਮ ਵੀ ਵੇਖ ਲਓ ਜਾ ਕੇ ਇੱਕ ਨੰਬਰ ਇੱਟ ਲੱਗ ਲਈ ਹੈ ਇੱਕ ਨੰਬਰ ਰੇਤਾ ਕੱਲ੍ਹ ਮੇਰੇ ਸਾਹਮਣੇ ਉਹਨਾਂ ਨੇ 18 ਗੱਟੇ ਰੇਤੇ ਦੇ ਪਾ ਕੇ ਬੱਠਲ ਦਿੱਤੇ ਗੱਟਾ ਸੀਮੈਂਟ ਦਾ ਖੋਲਿਆ ਇਹ ਗੱਟਾ ਪੂਰੀ ਗਲੀ ਚਲਾਉਂਦੇ ਸੀ ਅਨਪੜ੍ਹ ਬੰਦੇ ਆ ਸਾਰੇ ਇਸ ਗਲੀ 'ਚ ਕੋਈ ਇੱਕ ਅੱਧਾ ਮਸਾ ਪੜਿਆ ਹੋਵੇ ਕੁਛ ਮੁਲਾਜ਼ਮ ਕੱਚੇ ਤੌਰ 'ਤੇ ਲੱਗਿਆ ਵਿਚਾਰੇ ਬੋਲ ਨਹੀਂ ਸਕਦੇ ਸੀਅਰ ਬੋਰਡ ਦੇ ਲੱਗਿਆ ਕੁਛ ਕਮੇਟੀ 'ਚ ਲੱਗਿਆ ਸੈਨ ਕਮਲ ਨਾਂ ਦਾ ਬੰਦਾ ਜਿਹੜਾ ਮੁਨੀਮ ਹੈ ਉਹ ਕਰਾ ਕੇ ਲੈ ਕੇ ਗਿਆ ਨਾਲ ਕੌਣ ਸੀ ਉਹਦੇ ਕੋਈ ਨਹੀਂ ਸੀ ਨਾਲ ਹੀ ਸੀਮਾ ਨਾਲ ਸੀ ਸੀਮਾ ਨਹੀਂ ਮੌਜੂਦਾ ਹੈਗੀ ਨਾਲ ਉਹ ਕਹਿੰਦਾ ਜੀ ਇਹ ਗਲੀ ਰੁਕ ਜੂਗੀ ਅਤੇ ਤੁਸੀਂ ਅਸੀਂ ਉਹਨੂੰ ਕਿਹਾ ਵੀ ਹੱਲ ਕੀ ਆ ਗਲੀ ਨਾ ਰੁਕੇ ਉਹ ਕਹਿੰਦਾ ਵੀ ਸੈਨ ਕਰ ਦਿਓ ਅਸੀਂ ਜਗਬਾਣੀ ਨੂੰ ਦੇ ਦਿੰਦੇ ਹਾਂ ਵੀ ਇਹ ਗਲੀ ਸਹੀ ਬਣ ਰਹੀ ਉਹ ਸੈਨ